ਕੋਈ ਫੋਨ ਗੁਰੂ ਗੋਬਿੰਦ ਸਾਹਿਬ ਜੀ ਗੱਜ ਕੇ ਪਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ। ਅੱਜ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਰਫੋਂ ਉਹਨਾਂ ਬਹਾਦਰ ਲੋਕਾਂ ਦਾ ਸਨਮਾਨ ਕਰ ਰਹੇ ਹਾਂ, ਵਕੀਲ ਸਾਹਿਬਾਨ ਦਾ ਸਨਮਾਨ ਕਰ ਰਹੇ ਹਾਂ ਜਿਨ੍ਹਾਂ ਨੇ 34 ਸਾਲ ਲੜਾਈ ਲੜੀ, ਕੌਮ ਦੀ ਲੜਾਈ ਲੜੀ, ਸਿੱਖ ਕੌਮ ਭਾਵੇਂ ਛੋਟੀ ਜਿਹੀ ਕੌਮ ਹੈ ਪਰ ਇੱਕ ਐਸੀ ਕੌਮ ਹੈ ਜਿਹਨੇ ਮਿਹਨਤ ਨਾਲ ਦੁਨੀਆਂ 'ਚ ਬਸ ਰਹਿ ਕੇ ਨਾਂ ਕਮਾਇਆ। ਪੈਂਤੀ 34 ਸਾਲ ਪਹਿਲੇ ਦਿੱਲੀ ਵਿੱਚ ਅਤੇ ਦਿੱਲੀ ਦੇ ਨਾਲ ਇਲਾਕਿਆਂ ਵਿੱਚ ਦੇਸ਼ ਦੇ ਕਈ ਕੋਨਿਆਂ ਵਿੱਚ ਕਾਂਗਰਸ ਦੇ ਹੁਕਮਰਾਨਾਂ ਦੇ ਕਹਿਣ 'ਤੇ ਹਜ਼ਾਰਾਂ ਭੈਣ ਭਰਾਵਾਂ ਦਾ ਕਤਲੇਆਮ ਹੋਇਆ। ਜਦੋਂ ਇੰਦਰਾ ਗਾਂਧੀ ਨੂੰ ਮਾਰਿਆ ਗਿਆ ਉਦੋਂ ਕਤਲੇਆਮ ਸ਼ੁਰੂ ਨਹੀਂ ਹੋਇਆ। ਜਦੋਂ ਰਾਜੀਵ ਗਾਂਧੀ ਨੇ ਪ੍ਰਧਾਨ ਮੰਤਰੀ ਦੀ ਸਹੁੰ ਚੁੱਕਣ ਦੇ ਬਾਅਦ ਕਤਲੇਆਮ ਸ਼ੁਰੂ ਹੋਇਆ। ਇੱਕ ਤੁਸੀਂ ਇੰਟਰਵਿਊ ਤੁਸੀਂ ਨੈਸ਼ਨਲ ਟੀਵੀ 'ਚ ਇੱਕ ਦੇਖੋ, ਜਗਦੀਸ਼ ਟਾਈਟਲ ਦੀ ਇੰਟਰਵਿਊ ਹੈ। ਜਗਦੀਸ਼ ਟਾਈਟਲ ਕੀ ਕਹਿ ਰਿਹਾ ਕਿ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਸਹੁੰ ਚੁੱਕਣ ਦੇ ਬਾਅਦ ਉਹ ਮੇਰੀ ਗੱਡੀ 'ਚ ਬਹਿ ਕੇ ਅਸੀਂ ਸਾਰੇ ਦਿੱਲੀ ਦਾ ਦੌਰਾ ਕੀਤਾ। ਇੱਕ ਸਿਕਿਉਰਿਟੀ ਗਾਰਡ ਸਾਡੇ ਨਾਲ ਨਹੀਂ ਸੀ। ਤੁਸੀਂ ਦੇਖੋ ਪ੍ਰਧਾਨ ਮੰਤਰੀ ਦੇਸ਼ ਦਾ ਹੋਏ, ਇੱਕ ਸਿਕਿਉਰਿਟੀ ਗਾਰਡ ਨਾ ਹੋਏ ਅਤੇ ਪ੍ਰਾਈਵੇਟ ਗੱਡੀ 'ਚ ਜਾਏ ਫਿਰ ਉਹ ਕਿਸ ਵਾਸਤੇ ਜਾ ਰਹੇ। ਜਿਹੜੇ ਜਿਹੜੇ ਇਲਾਕਿਆਂ ਦਾ ਨਾਂ ਲਿੱਤਾ ਉਹਨੇ, ਆਹ ਸਾਰਾ ਕੁਛ ਨੈਸ਼ਨਲ ਟੀਵੀ 'ਤੇ ਇੰਟਰਵਿਊ ਚੱਲ ਰਿਹਾ। ਜਿਹੜੇ ਜਿਹੜੇ ਇਲਾਕਿਆਂ ਦਾ ਨਾਂ ਗਿਆ ਸੀ ਇੱਥੇ ਗਏ ਇੱਥੇ ਗਏ ਇੱਥੇ ਗਏ, ਉਹ ਸਭ ਤੋਂ ਵੱਧ ਕਤਲੇਆਮ ਉਹਨਾਂ ਲੱਗ ਗਿਆ। ਰਾਜੀਵ ਗਾਂਧੀ ਨੇ ਆਹ ਵੀ ਬਿਆਨ ਦਿੱਤਾ, ਉਹਦੇ ਬਾਅਦ ਜਦੋਂ ਵੱਡਾ ਦਰਦ ਹਿਲਦਾ ਅਤੇ ਧਰਤੀ ਹਿਲਦੀ ਹੈ। ਆ ਸਾਰਾ ਕੁਛ ਕੋਈ ਸਬੂਤ ਦੀ ਲੋੜ ਨਹੀਂ। ਉਹਦੇ ਬਾਅਦ ਜਿਹੜੀ ਵੱਡੀ ਗੱਲ ਹੈ, ਦੇਖੋ 34 ਸਾਲ ਲੜਾਈ ਲੜੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਪਾਰਟੀ ਹੈ, ਇਕੱਲੀ ਪਾਰਟੀ ਹੈ ਜਿਨ੍ਹਾਂ ਨੇ ਲਗਾਤਾਰ ਸੰਘਰਸ਼ ਕੀਤਾ, ਭਾਵੇਂ ਪਾਰਲੀਮੈਂਟ ਵਿੱਚ ਹੋਏ, ਭਾਵੇਂ ਸੜਕਾਂ 'ਤੇ ਹੋਏ, ਭਾਵੇਂ ਇੰਟਰਨੈਸ਼ਨਲ ਫੋਰਮ 'ਚ ਹੋਏ, ਭਾਵੇਂ ਕੋਰਟ 'ਚ ਹੋਏ। ਅਤੇ SGPC VGPC ਜੋ ਸਿੱਖ ਕੌਮ ਦੀ ਸੰਸਥਾ ਹੈ, ਲਗਾਤਾਰ
ਹਰ ਚੀਜ਼ ਦੀ ਸਪੋਰਟ ਜੇ ਲੋੜ ਪਈ ਕੀਤੀ। ਮੈਨੂੰ ਫਿਰ ਚੁੱਕ ਕੇ ਮੈਂ ਨਮਸਕਾਰ ਕਰਨਾ ਚਾਹੁੰਦਾ ਜਿਹੜੇ ਗਵਾਹ, ਜਿੰਨਾ ਉਹਨਾਂ ਤੇ ਪ੍ਰੈਸ਼ਰ ਪਿਆ ਮੈਂ ਕਹਿੰਦਾ ਕੁਝ ਝੱਲ ਨਹੀਂ ਸਕਦਾ। ਜਿਹੜੇ ਗਵਾਹ ਅਰਬਾਂ ਪਤੀ ਬਣ ਸਕਦੇ ਹੋ, ਕਿਉਂਕਿ ਇੱਥੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਇਨਵੋਲਵਮੈਂਟ ਹੈ। ਮੈਂ ਤੁਹਾਨੂੰ ਸਹੀ ਕਹਾਂ, ਅਸਲੀ ਪਰਚਾ ਰਾਜੀਵ ਗਾਂਧੀ ਤੇ ਹੋਣਾ ਚਾਹੀਦਾ, ਕਿਉਂਕਿ ਕਰਾਉਣ ਵਾਲਾ ਤਾਂ ਉਹੀ ਹੈ। ਸੱਜਣ ਕਮਾਨ ਟਾਈਟਲ ਦਾ ਕੇ ਹੁਕਮ ਮੰਨਣ ਵਾਲੇ, ਅਸਲੀ ਆਦੇਸ਼ ਡਾਇਰੈਕਸ਼ਨ ਰਾਜੀਵ ਗਾਂਧੀ ਦੁਆਰਾ। ਇਹ ਤੁਸੀਂ ਕੱਲ ਜੇ ਤੁਸੀਂ ਸਾਰੇ ਕੇਸਾਂ ਦਾ ਇਤਿਹਾਸ ਦੇਖੋ, ਅਸੀਂ ਤਾਂ ਪੂਰੇ ਜਾਣੂ ਹੈ, ਆਹ ਸਾਰੇ ਕੇਸ ਕੋਈ ਚਾਰ ਵਾਰ ਬੰਦ ਹੋਇਆ, ਕੋਈ ਪੰਜ ਵਾਰ ਬੰਦ ਹੋਇਆ। ਬੰਦ ਕੀ, ਅਸੀਂ ਪ੍ਰੈਸ਼ਰ ਪਾਉਂਦੇ ਸੀ, ਕਿਤੇ ਪਾਰਲੀਮੈਂਟ ਪ੍ਰੈਸ਼ਰ ਪਾਤਾ, ਕਿਤੇ ਧਰਨੇ ਦੇ ਕੇ, ਕਿਤੇ ਆਪਣਾ ਬੰਦ ਕਰਕੇ ਖੋਲ ਦਿੰਦੇ ਕੇਸ। ਸਾਲ ਬਾਅਦ ਕਹਿੰਦੇ ਸੀ ਗਵਾਹ ਹੈ ਨਹੀਂ, ਇੱਥੇ ਕੁਛ ਨਹੀਂ ਹੈ। ਅੱਜ ਇੱਥੇ ਜਿਹੜੇ ਕੇਸ ਹੋਏ, ਸੱਜਣ ਕਮਾਨ ਤੇ ਜਿਹੜੇ ਆਪਣੇ ਹੁਣੀ ਜਿਹੜੇ ਐਸ ਆਈ ਟੀ ਨੇ ਕੀਤੇ ਹੈ, ਜੇ ਅੰਦਰ ਹੋਏ ਹੈ, ਜਿੱਥੇ ਉਮਰ ਸਜ਼ਾ ਮੌਤ ਮਿਲੀ ਹੈ ਅਤੇ ਉਮਰ ਕੈਦ ਹੈ, ਉਹ ਕੇਸ ਪੰਜ ਵਾਰ ਬੰਦ ਕੀਤੇ ਗਏ ਸੀ। ਪੰਜ ਵਾਰ ਆਈ ਕਹਿ ਕੇ ਬੰਦ ਕੀਤੇ ਗਏ ਸੀ। ਉਹ ਪੁਲਿਸ ਵਾਲੇ ਲਿਖ ਦਿੰਦੇ ਸੀ ਕਿ ਕੋਈ ਗਵਾਹ ਨਹੀਂ ਹੈ, ਕੋਈ ਸਬੂਤ ਨਹੀਂ ਹੈ। ਆਹ ਜਿਹੜੇ ਕੇਸ ਸੀ, ਉਸੇ ਦਿਨ ਰਜਿਸਟਰ ਨਹੀਂ ਹੋਏ ਸੀ 84 ਦੇ ਵਿੱਚ, ਉਹਨਾਂ ਤੋਂ ਡੇਢ ਡੇਢ ਸਾਲ ਬਾਅਦ ਰਜਿਸਟਰ ਹੋਏ। ਦੇਖੋ, ਹਜ਼ਾਰਾਂ ਦਾ ਕਤਲੇਆਮ ਹੋਇਆ ਹੋਏ, ਕੇਸ ਰਜਿਸਟਰ ਨਾ ਹੋਏ, ਤੋ ਉਹਨਾਂ ਡੇਢ ਡੇਢ ਸਾਲ ਬਾਅਦ ਰਜਿਸਟਰ ਹੋਣ। ਪਰ ਮੈਂ ਦੋ ਵੱਡੇ ਮੋੜ ਆਏ ਜਿਹੜੀ ਇਨਸਾਫ ਦੀ ਘੜੀ ਮਿਲਣ ਲੱਗਾ ਗਿਆ। ਇੱਕ ਜਦੋਂ ਨਾਨਾਬੰਦੀ ਕਮਿਸ਼ਨ ਬਣਾਇਆ ਗਿਆ, ਨਾਨਾਬੰਦੀ ਕਮਿਸ਼ਨ ਵਾਜਪਾਈ ਜੀ ਨੇ ਬਣਾਇਆ, ਉਹਦੇ ਬਾਅਦ ਨਾਨਾਬੰਦੀ ਕਮਿਸ਼ਨ ਦੇ ਬਾਅਦ ਰਿਪੋਰਟ ਆਈ, ਉਦੋਂ ਕਾਂਗਰਸ ਸਰਕਾਰ ਸੀ, ਉਹਨਾਂ ਨੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਮੈਂ ਵੀ ਉਦੋਂ ਮੈਂਬਰ ਪਾਰਲੀਮੈਂਟ ਸੀ, ਮੈਨੂੰ ਪਤਾ, ਮੈਂ ਹਾਊਸ ਸੀ। ਸਰ ਮਨਮੋਹਨ ਸਿੰਘ ਉਦੋਂ ਪ੍ਰਧਾਨ ਮੰਤਰੀ ਸੀ, ਟਾਈਟਲਰ ਉਹਨਾਂ ਦਾ ਮੰਤਰੀ ਬੈਠਾ ਸੀ। ਅਸੀਂ ਰੌਲਾ ਪਾਇਆ, ਪਾਰਲੀਮੈਂਟ ਦੀ ਕੰਧਾਂ ਹਿਲਾ ਦੀਆਂ, ਸਰ ਮਨਮੋਹਨ ਸਿੰਘ ਨੂੰ ਉਹਦੇ ਹੀ ਟਾਈਟਲ ਤੋਂ ਅਸਤੀਫਾ ਲੈਣਾ ਪਿਆ। ਫਿਰ ਆ ਕੇਸ ਚੱਲੇ ਤੇ ਅੱਜ ਦੂਜਾ ਸਭ ਤੋਂ ਵੱਡਾ ਇਹ ਮੋੜ ਆਇਆ, ਜਦੋਂ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣੇ ਤਾਂ ਪ੍ਰਕਾਸ਼ ਸਿੰਘ ਜੀ ਬਾਦਲ, ਮੈਂ ਵੀ ਨਾਲ ਸੀ, ਐਸਜੀਪੀਸੀ ਬੀਜੇਪੀ ਸਾਰੇ ਸੀ, ਲੀਡਰ ਐਸਪੀ ਸਾਰੇ ਗਏ। ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਕਿ ਹੁਣ ਮੌਕਾ ਹੈ, ਸਾਨੂੰ ਆਸ ਹੈ ਕਿ ਤੁਸੀਂ ਇਨਸਾਫ ਦਿਲਾਉਂਗੇ। ਉਦੋਂ ਪਹਿਲੀ ਵਾਰ ਇੱਕ ਐਸ ਆਈ ਟੀ ਦਾ ਗਠਨ ਕੀਤਾ ਗਿਆ, ਜਿੱਥੇ ਸਾਰੇ ਕੇਸ ਖੁਲਾਏ ਗਏ, ਸਾਰੇ ਤਕਰੀਬਨ ਐਸ ਆਈ ਟੀ ਕੋਲ ਕੋਈ 100 ਕੇਸ ਖੁਲਾਇਆ ਤਕਰੀਬਨ। ਉਹ ਜਿਹੜੇ ਕੇਸ ਖੁਲਾਏ ਗਏ, ਦੇਖੋ 34 ਸਾਲ ਕੁਛ ਨਹੀਂ ਹੋਇਆ, ਉਹ ਕੇਸ ਬੰਦ ਰਹੇ। ਐਸ ਆਈ ਟੀ ਨੇ ਖੋਲੇ, ਇੱਕ ਸਾਲ ਦੇ ਅੰਦਰ ਕਈ ਕੇਸਾਂ ਦੇ ਅੰਦਰ ਚਲਾਨ ਵੀ ਪੇਸ਼ ਹੋ ਗਏ ਹੈ, ਤੇ ਉਹ ਜਿਹੜੇ ਕੇਸ ਹੈ ਇੱਕ ਸਾਲ ਦੇ ਅੰਦਰ, ਇੱਕ ਸਾਲ ਬਾਅਦ ਜਿਹੜੇ ਕੋਰਟਸ ਤੋਂ ਫੈਸਲੇ ਵੀ ਹੋਣ ਲੱਗੇ ਸੀ, 2-2.5 ਸਾਲਾਂ 'ਚ ਹੀ ਫੈਸਲੇ ਵੀ ਹੋਣ ਲੱਗੇ। ਜਿਹੜੇ 34 ਸਾਲ ਕੁਛ ਨਹੀਂ ਹੋਇਆ, 2.5 ਸਾਲਾਂ ਇਨਕੁਆਇਰੀ ਵੀ ਹੋ ਗਈਆਂ, ਬੰਦੇ ਵੀ
ਕੋਰਟ ਚਲੇ, ਚਲਾਨ ਪੇਸ਼ ਹੋ ਗਿਆ, ਕੋਰਟ ਦੇ ਵੀ ਪੈਰਵਾਈ ਕਰਕੇ ਵਕੀਲ ਸਾਹਿਬਾਨ ਨੇ ਬੜੀ ਹਿੰਮਤ ਕੀਤੀ, ਮਗਰ ਲੱਗ ਕੇ ਪੈਰਵਾਈ ਕਰਕੇ ਕੋਰਟ ਨੇ ਦਿੱਤਾ, ਅੱਜ ਲੋਕਾਂ ਨੂੰ ਜੇਲ੍ਹਾਂ ਜਾ ਰਹੇ ਹਨ। ਮੈਨੂੰ ਲੱਗਦਾ 5-6 ਕੇਸਾਂ ਦਾ ਫੈਸਲਾ ਹੀ ਹੋ ਗਿਆ ਕਿਵੇਂ, ਇੱਕ 5 ਉਮਰ ਕੈਦ ਉਹਦਾ ਕੇਸ, ਬਾਕੀ ਜਿਹੜੇ ਟਾਈਟਲਰ ਹੈ ਤੁਸੀਂ ਦੇਖੋ ਉਹਦਾ ਕੇਸ ਹੁਣ ਫਾਈਨਲ ਹੇਰੀ ਸੀ, ਫਾਈਲਿੰਗ ਹੇਰੀ ਚੱਲ ਰਿਹਾ ਹੁਣ ਦੇਖੋ ਟਾਈਟਲਰ। ਥੋੜ੍ਹੇ ਦਿਨ ਪਹਿਲੇ ਕਾਂਗਰਸ ਦੀ ਸ਼ੀਲਾ ਦੀਕਸ਼ਿਤ ਦਾ ਪ੍ਰਧਾਨ ਬਣਾਈ, ਸਭ ਤੋਂ ਅੱਗੇ ਕੁਰਸੀ 'ਤੇ ਟਾਈਟਲਰ ਬੈਠਾ, ਸ਼ੀਲਾ ਦੀਕਸ਼ਿਤ ਦਾ ਬਿਆਨ ਪ੍ਰੈਸਾਂ ਨੇ ਪੁੱਛਿਆ ਜੀ ਆਹ ਤਾਂ ਹਜ਼ਾਰਾਂ ਸਿੱਖ ਭੈਣ ਭਰਾਵਾਂ ਦਾ ਕਤਲੇਆਮ ਦੇ ਦੋਸ਼ੀ ਹੈ। ਸ਼ੀਲਾ ਦੀਕਸ਼ਿਤ ਨੇ ਕਿਹਾ ਹਲੇ ਕਿਹੜਾ ਅੰਦਰ ਹੋਇਆ, ਅੱਜ ਸਾਡਾ ਪਾਰਟੀ ਦਾ ਵਫ਼ਾਦਾਰ ਸਿਪਾਹੀ ਹੈ ਸਾਡੇ ਵੱਡੂਗਾ। ਹੁਣ ਦੇਖੋ ਆਹ ਸੋਚ ਹੈ ਸਿੱਖ ਕੌਮ ਨੂੰ ਸਮਝਣ ਦੀ ਲੋੜ ਹੈ। ਆਪਾਂ ਜਿੰਨੀਆਂ ਮਰਜ਼ੀਆਂ ਪਾਰਟੀਆਂ ਛੋਈਏ, ਜਿੰਨੇ ਮਰਜ਼ੀ ਧੜਿਆਂ ਛੋਈਏ, ਆਪਣਾ ਦੁਸ਼ਮਣ ਇੱਕ ਹੈ। ਜਿਹੜੀਆਂ ਕੌਮਾਂ ਆਪਣੇ ਦੁਸ਼ਮਣ ਨੂੰ ਨਹੀਂ ਪਛਾਣਦੀਆਂ ਤੇ ਦੁਸ਼ਮਣ ਨਾ ਟਾਕਰਾਂ ਵੀ ਲੈਂਦੀਆਂ, ਦੁਸ਼ਮਣ ਤੋਂ ਬਦਲਾ ਲੈਂਦੀਆਂ, ਉਹ ਕੌਮਾਂ ਅੱਗੇ ਕਿਤੇ ਨਹੀਂ ਵੱਧ ਸਕਦੀਆਂ। ਜੇ ਆਪਾਂ ਆਪਣੇ ਨਿੱਜੀ ਸਵਾਲ ਵਾਸਤੇ ਥੋੜ੍ਹੀ ਮੋਟੀ ਕੁਰਸੀ ਸੰਭਾਲਣ ਵਾਸਤੇ ਥੋੜ੍ਹੀ ਮੋਟੀ ਸ਼ਕਤੀ ਲੈਣ ਵਾਸਤੇ ਉਹਨਾਂ ਦੁਸ਼ਮਣਾਂ ਦਾ ਆਪਾਂ ਸਾਥ ਦੇ ਸਕਦੇ ਹਾਂ ਜਿਨ੍ਹਾਂ ਨੇ ਗੁਰੂ ਆਪਣੇ ਗੁਰੂ ਘਰ ਦੇ ਟੈਂਕ ਵਾਲੇ ਹੋਣ, ਗੋਲੀਆਂ ਚਲਾਈਆਂ ਹੋਣ, ਹਜ਼ਾਰਾਂ ਭੈਣ ਭਰਾਵਾਂ ਦਾ ਕਤਲੇਆਮ ਕੀਤਾ, ਆਪਣੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਗੋਲੀਆਂ ਚਲਾਈਆਂ ਹੋਣ, ਆਪਣੇ ਹਜ਼ਾਰਾਂ ਭੈਣ ਭਰਾਵਾਂ ਨੂੰ ਕਤਲ ਕੀਤਾ ਗਿਆ ਹੋਏ, ਆਪਾਂ ਜੇ ਉਹਨਾਂ ਨਾਲ ਜੱਫੀ ਪਾਵਾਂਗੇ ਇਹ ਤੋਂ ਮਾੜੀ ਗੱਲ ਕੀ ਹੋ ਸਕਦੀ। ਉਹ ਕੌਮ ਸਹੀ ਮਨੇ ਉਹ ਸਿੱਖ ਕਹਿਣ ਦੇ ਲਾਇਕ ਨਹੀਂ ਹੈ। ਆਪਣੇ ਤੋਂ ਕਿੰਨੇ ਮਰਜ਼ੀ ਡਿਫਰੈਂਸ ਹੋਈਏ, ਆਪਾਂ ਇੱਕ ਦੂਜੇ ਨਾਲ ਆਪਣੀ ਲੜਾਈ ਹੋਏ, ਪਰ ਆਪਾਂ ਉਹਦੇ ਦੁਸ਼ਮਣ ਨਾਲ ਕਿਤੇ ਹੱਥ ਜੇ ਮਿਲਾਵਾਂਗੇ ਇਹ ਤੋਂ ਮਾੜੀ ਗੱਲ ਨਹੀਂ ਹੋ ਸਕੀ। ਆਪਾਂ ਛੋਟੀ ਜਿਹੀ ਕੌਮ ਹੈ, ਜੇ ਆਪਾਂ ਇੱਕ ਝੰਡੇ ਥੱਲੇ ਇਕੱਠੇ ਨਹੀਂ ਤੇ ਫਿਰ ਆਪਾਂ ਅੱਗੇ ਕਿਵੇਂ ਵਧਣਾ। ਮੈਨੂੰ ਇੱਕ ਗੱਲ ਦੀ ਖੁਸ਼ੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਸਿੱਖ ਕੌਮ ਦੀ ਨੁਮਾਇੰਦਾ, ਪੰਜਾਬੀਆਂ ਦੀ ਨੁਮਾਇੰਦਾ ਜਥੇਬੰਦੀ ਹੈ। 98 ਪੁਰਾਣੀ ਪਾਰਟੀ ਹੈ, ਬੜੇ ਤੂਫਾਨਾਂ ਦਾ ਸਾਹਮਣਾ ਕੀਤਾ, ਪਰ ਸ਼੍ਰੋਮਣੀ ਅਕਾਲੀ ਦਲ ਨੂੰ ਕਿਸੇ ਨੇ ਕਮਜ਼ੋਰ ਜਿਹਨੇ ਵੀ ਕੀਤਾ ਉਹ ਆਪ ਕਮਜ਼ੋਰ ਹੋਇਆ। ਤੁਸੀਂ ਦੇਖ ਲਓ ਕਈ ਸ਼੍ਰੋਮਣੀ ਅਕਾਲੀ ਦਲ ਦੇ ਨਾਂ 'ਤੇ ਪਾਰਟੀਆਂ ਬਣੀਆਂ, ਪਰ ਸਿੱਖ ਪੰਥ ਨੇ ਇੱਕ ਨੂੰ ਹੀ ਰਿਕਗਨਾਈਜ਼ ਕੀਤਾ, ਦੂਜਿਆਂ ਦੀਆਂ ਡਿਮਾਂਡਾਂ ਜਪ ਕੇ। ਅਤੇ ਸਿੱਖ ਕੌਮ ਇਕੱਲੀ ਕੌਮ ਹੈ ਦੁਨੀਆਂ ਵਿੱਚ ਜਿਹਦਾ ਇੱਕ ਇਲੈਕਟਿਡ ਪਾਰਲੀਮੈਂਟ ਹੈ, ਪੂਰਾ ਹਾਊਸ ਇੱਥੇ ਹੈ, LGPC ਦੇ ਸਾਰੇ ਮੈਂਬਰ ਮਿਲਾ ਫੁੱਲ ਹਾਊਸ ਇੱਥੇ ਇਕੱਠਾ ਹੋਇਆ, ਸਨਮਾਨਿਤ ਕਰਨ ਵਾਸਤੇ ਇਕੱਠਾ ਹੋਇਆ ਉਹਨਾਂ ਮਹਾਨ ਸ਼ਖਸੀਅਤਾਂ ਨੂੰ ਆਪਣੇ ਜਿਨ੍ਹਾਂ ਨੇ ਗਵਾਹੀ ਦਿੱਤੀ, ਜਿਨ੍ਹਾਂ ਨੇ ਲੜਾਈ ਲੜੀ ਅਤੇ ਕੌਮ ਦੀ ਲੜਾਈ ਲੜੀ। ਮੈਂ ਕਿਹਾ ਉਹਨਾਂ ਨੇ ਆਪਣੀ ਲੜਾਈ ਤਾਂ ਲੜੀ ਲੜੀ, ਪਰ ਸਭ ਤੋਂ ਵੱਡੀ ਉਹਨਾਂ ਨੇ ਕੌਮ ਦੀ ਲੜਾਈ ਲੜੀ ਅਤੇ ਕੌਮ ਦੇ ਦੁਸ਼ਮਣਾਂ ਨੂੰ ਅੰਦਰ ਕਰਾਇਆ। ਅਤੇ ਵਕੀਲ ਸਾਹਿਬਾਨ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਕਾਨੂੰਨੀ ਦਾਅ ਪੇਸ਼ ਲਾ ਕੇ ਪੂਰੀ ਸੇਵਾ, ਮੈਂ ਕਹਿੰਦਾ ਉਹਨਾਂ ਦੀ ਸੇਵਾ ਹੈ, ਸੇਵਾ ਕੀਤੀ, ਅੱਜ ਉਹਨਾਂ ਨੂੰ ਪੂਰੀ ਕੌਮ ਤਰਫੋਂ ਸਨਮਾਨ ਕੀਤਾ ਜਾ ਰਿਹਾ। ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਾ ਅਤੇ ਸ਼੍ਰੋਮਣੀ ਅਕਾਲੀ ਦਲ ਤਰਫੋਂ ਵੀ
ਤੇ ਸ਼੍ਰੋਮਣੀ ਗੁਰਦੁਆਰਾ ਸਾਹਿਬ ਨੇ ਦੋਨੋਂ ਤਰਫਾਂ ਸਨਮਾਨ ਕਰਦੇ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।